ਜਿਸ ਦੇ ਨਾਲ ਜਿੱਥੇ ਰਵਾਇਤੀ ਪਾਰਟੀਆਂ 'ਚ ਇੱਕ ਰੌਂਜ ਆ ਗਿਆ, ਇੱਕ ਮੋਰਚੇ ਵੀ ਜਾਗ ਪਏ। ਜੇ ਆਪਾਂ ਪਹਿਲਾਂ ਗੱਲ ਕਰੀਏ ਕਿਸਾਨ ਅੰਦੋਲਨ ਦੇ ਵਿੱਚੋਂ, ਸੰਯੁਕਤ ਕਿਸਾਨ ਮੋਰਚਾ ਨਿਕਲਿਆ, ਸੰਯੁਕਤ ਸੰਘਰਸ਼ ਮੋਰਚਾ ਨਿਕਲਿਆ। ਹੁਣ ਉਹ ਦੋਨੇ ਮੋਰਚੇ ਇਕੱਠੇ ਹੋ ਕੇ ਲੜ ਰਹੇ, ਹਰੇਕ ਪਾਸੇ ਗੱਲ ਪੰਜਾਬ ਬਚਾਓ ਦੀ ਗੱਲ ਹੋ ਰਹੀ ਹੈ। ਪੰਜਾਬ ਨੂੰ ਪੁਰਾਣੀ ਲੀਗ 'ਤੇ ਨੰਬਰ ਇੱਕ ਬਣਾਉਣ ਦੇ ਵਿੱਚ ਸਭ ਲੱਗੇ ਹੋਏ ਨੇ, ਦੇਖਦੇ ਹਾਂ ਕਿ ਪੰਜਾਬ ਕਿਸ ਨੂੰ ਮੌਕਾ ਦਿੰਦੇ। ਪਰ ਗੱਲ ਇਹ ਹੈ ਕਿ ਜੇ ਆਪਾਂ ਹੋਰ ਗੱਲ ਕਰੀਏ ਕਿ ਪੰਜਾਬ ਬਚਾਓ ਸੰਯੁਕਤ ਮੋਰਚਾ ਇੱਕ ਨਵਾਂ ਫੇਰੂਮਾਨ ਸ਼੍ਰੋਮਣੀ ਅਕਾਲੀ ਦਲ ਫੇਰੂਮਾਨ ਦੀ ਅਗਵਾਈ ਦੇ ਵਿੱਚ ਹੋਣ 'ਚ ਆਇਆ, ਜਿਹਦੇ 'ਚ ਤਕਰੀਬਨ 10 ਪਾਰਟੀਆਂ ਨਾਲ ਮਿਲ ਕੇ ਕੰਮ ਕਰਨੀਆਂ ਨੇ, ਜਿਹੜੇ ਪੰਜਾਬ ਦੇ ਮੁੱਦਿਆਂ ਨੂੰ ਉਠਾਉਣਗੀਆਂ। ਜਿਹਦੇ 'ਚ ਜੇ ਆਪਾਂ ਚੋਣਵੀਆਂ ਪਾਰਟੀਆਂ ਦੀ ਗੱਲ ਕਰੀਏ ਤਾਂ ਤ੍ਰਿਣਮੂਲ ਕਾਂਗਰਸ ਪਾਰਟੀ, ਸ਼ਾਨੀ ਪੰਜਾਬ ਪਾਰਟੀ, ਜੈ ਕਿਸਾਨ ਜੈ ਜਵਾਨ, ਕਿਸਾਨ ਮਜ਼ਦੂਰ ਏਕਤਾ, ਅਜਿਹੀਆਂ ਪੰਜਾਬ ਦੀਆਂ ਯਾਨੀ ਕਿ ਰਵਾਇਤੀ ਪਾਰਟੀਆਂ ਤੋਂ ਵੱਖਰੀਆਂ ਪਾਰਟੀਆਂ ਲੋਕਾਂ 'ਚ ਕਰਕੇ ਕੰਮ ਕਰਦੀਆਂ ਨੇ, ਉਹ ਜੁੜ ਕੇ ਪੰਜਾਬ ਬਚਾਓ ਮੋਰਚਾ ਸੰਯੁਕਤ ਮੋਰਚਾ ਬਣਾ ਕੇ ਪੰਜਾਬ ਦੀ ਸਿਆਸਤ ਵਿੱਚ ਉਤਰਨ ਦਾ ਐਲਾਨ ਕਰ ਚੁੱਕਿਆ। ਉਹਨਾਂ ਦੇ ਮੁਖੀ ਮਹੰਤ ਜਸਵੀਰ ਸਿੰਘ ਜੀ ਸਾਡੇ ਨਾਲ ਨੇ। ਆਪਾਂ ਜਾਣਦੇ ਹਾਂ ਕਿ ਉਹਨਾਂ ਦੀ ਕੀ ਰਣਨੀਤੀ ਰਹੇਗੀ, ਕਿਸ ਤਰ੍ਹਾਂ ਉਹ ਪੰਜਾਬ ਦੇ ਲੋਕਾਂ ਦੀ ਰਹਿਨਮਾਈ ਕਰਨਗੇ, ਕਿਹੜੇ ਮੁੱਦੇ ਹੋਣਗੇ, ਕਿਹੜੀਆਂ ਸੀਟਾਂ 'ਤੇ ਚੁਣਾਵ ਲੜਨਗੇ, ਕਿੱਥੇ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਨਵੀਂ ਰੂਹ ਕਿਵੇਂ ਫੂਕੀ ਜਾ ਸਕਦੀ ਹੈ। ਦਰਸ਼ਾਂ ਵਿੱਚ ਵਖਵਾ ਨਾ ਬਣਦੇ ਹੋਏ ਮੈਂ ਸਿੱਧਾ ਮਹੰਤ ਜਸਵੀਰ ਜੀ ਕੋਲ ਜਾਵਾਂਗਾ। ਜਸਵੀਰ ਜੀ, ਸ਼ਿਕਾਈ ਨੂੰ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮਹੰਤ ਜੀ, ਤੁਸੀਂ ਇਹ ਦੱਸੋ ਕਿ ਕਿਸਾਨ ਅੰਦੋਲਨ 'ਚੋਂ ਸਾਰੇ ਮੋਰਚੇ ਨਿਕਲ ਕੇ ਆ ਰਹੇ ਨੇ, ਜੇ ਆਪਾਂ ਪਿਛਲੇ ਅੰਦੋਲਨ ਦੀ ਗੱਲ ਕਰੀਏ ਜਿਹੜਾ ਦਿੱਲੀ ਸੀਗਾ ਉੱਥੇ ਪਾਰਟੀ ਨਿਕਲੀ, ਹੁਣ ਮੋਰਚੇ ਨਿਕਲ ਰਹੇ ਨੇ, ਮੋਰਚਿਆਂ ਦੀ ਲੋੜ ਕਿਉਂ ਪੈ ਗਈ? ਸਭ ਤੋਂ ਪਹਿਲਾਂ ਤਾਂ ਜੀ ਮੈਂ ਦੱਸਣਾ ਚਾਹਾਂਗਾ ਮੋਰਚਿਆਂ ਦੀ ਲੋੜ ਅੱਜ ਦਾ ਜੋ ਸਮਾਂ ਉਸਨੂੰ ਦੇਖਦੇ ਹੋਏ, ਜੋ ਪੰਜਾਬ ਦਾ ਨੌਜਵਾਨ ਆ ਅਤੇ ਜੋ ਪੰਜਾਬ ਦੀ ਨੌਜਵਾਨੀ ਜਿਸ ਪਾਸੇ ਨੂੰ ਜਾ ਰਹੀ ਆ, ਜਾਂ ਤਾਂ ਉਹ ਨਸ਼ੇ ਦੀ ਦਲਦਲ ਦੇ ਵਿੱਚ ਜਾ ਰਹੀ ਹੈ ਜੀ, ਜਾਂ ਫਿਰ ਉਹ ਬਾਹਰਲੇ ਜਿਹੜੀ ਬਚੀ ਰਹਿ ਜਾਂਦੀ ਹੈ ਨਸ਼ੇ ਤੋਂ, ਉਹ ਬਾਹਰਲੀਆਂ ਮੁਲਕਾਂ ਦਾ ਰੁੱਖ ਕਰ ਰਹੇ ਨੇ। ਅਤੇ ਜੇ ਬਾਹਰਲੇ ਮੁਲਕਾਂ ਦੇ ਵਿੱਚ ਪੰਜਾਬ ਜਾ ਕੇ ਵੱਸ ਜਾਊਗਾ ਤਾਂ ਫਿਰ ਪੰਜਾਬ ਦੀ ਜੋ ਹੋਂਦ ਆ ਉਹ ਖਤਮ ਹੋ ਜਾਏਗੀ। ਪੰਜਾਬ ਦੀ ਹੋਂਦ ਹੀ ਆ ਜੇ, ਉਸੇ ਕਰਕੇ ਹਿੰਦੁਸਤਾਨ ਦੀ ਸ਼ਾਨ ਆ। ਜੇ ਹਿੰਦੁਸਤਾਨ ਨੂੰ ਆਪਾਂ ਤਰੱਕੀ ਵੱਲ ਵਧਾਉਣਾ ਤਾਂ ਉਸ ਲਈ ਪੰਜਾਬ ਨੂੰ ਬਚਾਉਣਾ ਬਹੁਤ ਜ਼ਰੂਰੀ ਆ। ਪੰਜਾਬ ਤਦ ਹੀ ਬਚੇਗਾ ਜੇ ਪੰਜਾਬ ਦੀ ਹੋਂਦ ਜੋ ਨੌਜਵਾਨੀ ਆ ਉਹਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇਗਾ ਅਤੇ ਬਾਹਰਲੇ ਮੁਲਕਾਂ ਤੋਂ ਜਾਣ ਤੋਂ ਰੋਕਿਆ ਜਾ ਸਕੇਗਾ, ਜੇ ਉਹਨੂੰ ਰੁਜ਼ਗਾਰ ਮੁਹੱਈਆ ਕਰਾਇਆ ਜਾਏਗਾ। ਉਸ ਕਰਕੇ ਪੰਜਾਬ ਬਚੇਗਾ, ਨਹੀਂ ਤਾਂ ਹੋਰ ਕੋਈ ਵੀ ਇਸ ਤਰ੍ਹਾਂ ਦੇ ਤਰੀਕਾ ਨੇ ਵੀ ਜਿਹਤੋਂ ਪੰਜਾਬ ਨੂੰ ਬਚਾਇਆ ਜਾ ਸਕੇ। ਇਸ ਚੀਜ਼ ਨੂੰ ਸੋਚਦੇ ਹੋਏ ਅਸੀਂ ਹੁਣ ਸਾਡਾ ਅੱਜ ਤੋਂ